ಅಜಿಲ್ಲ ಇನ್ನು ಎಟ್ಟದೆ ತೋಡ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਮੈਂ ਤੁਹਾਡਾ ਭਰਾ ਉਸਮਾਨ ਤੇ ਉਮੀਦ ਕਰਦਾ ਕਿ ਸਾਡੇ ਭਰਾ ਠੀਕ ਹੋਣਗੇ ਖਰੇ ਹੋਣਗੇ ਅੱਲਾ ਦੇ ਕਰਮ ਫਜ਼ਲ ਦੇ ਨਾਲ ਅੱਜ ਦਾ ਵਲੋਗ ਕਰਦੇ ਹਾਂ ਸ਼ੁਰੂ ਜਿਹੜੇ ਭਰਾ ਸਾਡੇ ਚੈਨਲ 'ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਲਾਈਕ ਕਰਕੇ ਦੋਸਤਾਂ ਨਾਲ ਸ਼ੇਅਰ ਕਰ ਦੇਣ ਟਾਈਮ ਹੋ ਰਿਹਾ ਫਿਲਹਾਲ 10:40 ਵਜੇ ਅਤੇ ਕੰਮ ਕੁੰਮ ਫਿਲਹਾਲ ਸਾਰਾ ਕਰਕੇ ਨਹਾਤਾ ਨਹੁਤਾ ਨਹਾ ਨਹੁ ਕੇ ਰੋਟੀ ਰੋਟੀ ਖਾਧੀ ਹੈ ਸੁਬਹ ਨਾਸ਼ਤਾ ਕੀਤਾ ਹੁਣ ਮੈਂ ਵਿਹਲੇ ਲਓ ਜੀ ਹੁਣ ਮੈਂ ਖਾਣ ਲੱਗਾ ਜੀ ਖੀਰ ਅੰਮੀ ਨੇ ਬਣਾਈ ਸੀ ਅਤੇ ਹੁਣ ਖਾਂਦੇ ਹਾਂ ਜੇ ਤੁਸੀਂ ਖਾਂਦੇ ਹੋ ਤਾਂ ਆਓ ਜੀ ਬਿਸਮਿਲ੍ਲਾ ਨਹੀਂ ਤਾਂ ਮੈਂ ਤਾਂ ਖਾਂਦਾ ਹੀ ਪਿਆ ਫਿਰ ਵੀ ਆਈ ਪੀ ਲਓ ਦੋਸਤੋ ਖੀਰ ਖੂਰ ਖਾ ਲਈਏ ਅਤੇ ਇੱਧਰ ਉਹਨੇ ਕਹਿੰਦੇ ਠੁਕਣ ਨਹੀਂ ਹੈ ਲੱਖ ਦੀ ਲਾਲਤ ਡੁੱਬ ਕੇ ਮਜ਼ਾ ਬੋਕਰਾਂ ਖਾਧੀ ਅਕੇਲਾ ਤਾਂ ਲੱਭ ਹੀ ਗਿਆ ਬਾਲਾਂਗੇ ਤਾਂ ਸਹੀ ਕਿੰਨੇ ਮਾਰਿਆ ਤੂੰ ਕਿੱਧਰ ਚੰਗੀਆਂ ਪਈਆਂ ਮੈਂ ਕੈਮਰਾ ਆਨ ਕੀਤਾ ਬਾਗਾ ਬੰਦ ਆ ਜੁੱਤੀ ਕਹਿੰਦੀ ਆ ਆਪਣਾ ਹਾਏ ਓਏ ਆ ਜੁੱਤੀ ਕਹਿੰਦੀ ਆ ਜੁੱਤੀ ਪੈਪ ਚੰਗੀਆਂ ਪਈਆਂ ਚੰਗੀਆਂ ਪਈਆਂ ਚੰਗੀਆਂ ਪਈਆਂ ਚੰਗੀਆਂ ਪਈਆਂ ਚੰਗੀਆਂ ਪਈਆਂ ਚੰਗੀਆਂ ਪਈਆਂ ਜਾਏਗਾ ਹੁਣ ਮਾਂ ਪਾਇਓ ਕੈਮਰਾ ਮਾਰ ਕੇ ਤਾਂ ਮੇਰੇ ਲੱਕ ਦੇ ਵਜੇ ਚੰਗਾ ਵੱਟਾ ਮਾਰ ਫੜੀ ਨੂੰ ਯਾਰ ਆਈ ਜਾ ਕੇ ਫੜੀ ਨਾ ਫੜੀ ਨੂੰ ਫੜੀ ਕਿੱਦਾਂ ਹਾਂ ਫੋਨ ਫੜਾਈ ਨਾ ਸੋਟੀ ਚੰਗੀ ਮੱਚ ਗਿਆ ਦੋਸਤੋ ਆਏ ਆ ਦੱਸਰ ਕੇ ਘਰ ਕਿਹੜਾ ਬਣਾਉਂਦੇ ਆ ਉੱਥੋਂ ਮਿੱਟੀ ਕੱਢਣ ਦੇ ਆ ਦੇਖੋ ਕਮਰੇ ਦੇ ਵਿੱਚੋਂ ਤੇ ਹੁਣ ਸ਼ਰਤ ਲੱਗ ਗਈ ਆ ਸ਼ਰਤ ਇਹ ਆ ਕਿ ਮਿੱਟੀ ਦੀ ਰੇਹੜੀ ਨਾ 40 ਸਕਿੰਟਾਂ ਦੇ ਵਿੱਚ ਨਾ ਰੇਹੜੀ ਦੀ ਮਿੱਟੀ ਦੀ ਰੇਹੜੀ ਜਿਹੜੀ ਪਹਾੜ ਭਰਨੀ ਆ ਹੁਣ ਮੈਂ ਭਰਨੀ ਤੂੰ ਭਰ ਲੇਗਾ ਚੱਲ ਯਾਰ ਕੀ ਚੱਲ ਇੰਨੇ ਫਿਰ ਦੂਜੇ ਨੰਬਰ 'ਤੇ ਇੰਨੇ ਫਿਰ ਤੀਜੇ 'ਤੇ ਉਹਨੇ ਚਾਲੀ ਇੱਕ ਇੱਧਰ ਬੈਠਾ ਅਤੇ 40 ਸਕਿੰਟਾਂ ਦੇ ਵਿੱਚ ਰੇਹੜੀ ਵੀ ਆ ਰਹੀ ਆ ਆਹ ਦੇਖੋ ਆਹ ਰੇਹੜੀ ਭਰਨੀ ਆ 40 ਸਕਿੰਟਾਂ ਦੇ ਵਿੱਚ ਅਤੇ ਸ਼ੁਰੂ ਕਰੀਏ ਫਿਰ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ 11 12 13 14 15 16 17 18 19 20 21 25 26 27 28 29 30 31 32 33 34 39 40 ਲਾਂਤੀਆ ਵੇ ਹਏ ਵੀ ਰਹਿ ਗਈ ਹਰ ਗਿਆ ਭਰੀਜ ਨਹੀਂ ਗਏ ਦੋ ਟੱਪੇ ਲੇਟ ਭਰੀਜੇ ਆਵੇ ਆਏ
ਬੱਸ ਗਏ ਉਹ ਬੱਸ ਬੱਸ ਉਹ ਹਾਂ ਲਾਈ ਗਿਆ ਜ਼ਾਲਮ ਅੱਛਾ ਤੇਰੀ ਵਾਰੀ ਚੱਲ ਜਲਦੀ ਕਰ ਮਾਨਣਾ ਨਹੀਂ ਗਿਆ ਮਾਨਣਾ ਮਾ ਚਾ ਇਹ ਨਹੀਂ ਤੇਰੀ ਵਾਰੀ ਆਉਣ ਉੱਤੋਂ ਫਿਰ ਮੈਂ ਭਰਾਂਗਾ ਇੱਕ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਨੱਤੀ ਵੀਹ ਇਕੱਤੀ ਬੱਤੀ ਤੇਤੀ ਚੌਂਤੀ ਸਕਿੰਟ ਵੀ ਛੋਟੇ ਮੇਰੀ ਵਾਰੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਬਾਈ ਤੇਈ ਚੌਵੀ ਪੱਚੀ ਛੱਬੀ ਸਤਾਈ ਅਠਾਈ ਉਨੱਤੀ ਤੀਹ ਇਕੱਤੀ ਬੱਤੀ ਤੇਤੀ ਚੌਂਤੀ ਉਨੱਤੀ ਛੱਤੀ ਸੈਂਤੀ ਅਠੱਤੀ ਉਨਤਾਲੀ ਚਾਲੀ ਚਾਲੀ ਹੱਥ ਜੀ ਭਰੀ ਇੱਥੇ ਕੋ ਰੇਡੀ ਨਿਕਲਣੀ ਨੀ ਵੇਖ ਮੇਰੀ ਵਾਰੀ ਦੋ ਬੰਦੇ ਲੱਗੇ ਹੀ ਤਾਂ ਡੇਗਦੇ ਸੀ ਫਸ ਗਈ ਚੱਲ ਬਸ ਉਹ ਖਾਲਾ ਰੋਪਤਾ ਤੂੰ ਤੇ ਓਏ ਸ਼ਰਮ ਕਰ ਇੱਥੋਂ ਪੱਟ ਕੇ ਇੱਦਾਂ ਛੱਡ ਦੋ ਓਏ ਹੁਣ ਤਾਂ ਹਵਾ ਚੱਲਣ ਲੱਗ ਪਈ ਠੰਡੀ ਠੰਡੀ ਚੱਲਦੀ ਹਾਂ ਚੱਲਦੀ ਵਾ ਮੈਂ ਥੀਏਟਰ ਤੋਰਤੀ ਨਹੀਂ ਤੂੰ ਸਹੀ ਲੈਣਾ ਇੱਟ ਕੋਈ ਚੰਗੀ ਜੀ ਓਏ ਮਾਨੇ ਇੱਟ ਨਹੀਂ ਚੱਲ ਇਹਨੂੰ ਤੂੰ ਇੱਟ ਦੇ ਫੜ ਕੇ ਜਾਨੀ ਇੱਟ ਦੇ ਚੱਲ ਜੀ ਲੱਗ ਗਿਆ ਵਾ ਨਹੀਂ ਤੇਸੀ ਨਾ ਐਵੇਂ ਵੇ ਲੈ ਜੀ ਲੈ ਇਹਨੂੰ ਇੱਟ ਦੇ ਹਾਂ ਤੋੜ ਤੋੜੀ ਕਿ ਨਹੀਂ ਨਹੀਂ ਯਾਰ ਵੇਖ ਦੋ ਟੋਟੇ ਕਰਤੇ ਜੀ ਟਿਰ ਚ ਕੋਈ ਭੂਤ ਪਾਤਾ ਦੂਜੀ ਇੱਟ ਤੋੜ ਕੇ ਵੇਖ ਤੈਨੂੰ ਤਾਂ ਮੰਨਾਂਗਾ ਹੁਣ ਮੈਂ ਬਸ ਇੱਕ ਹੀ ਟੁੱਟਣੀ ਸੀ ਉਹਨੀ ਟੁੱਟਦੀ ਵੇਖੀ ਹੈ ਤੇ ਮੈਂ ਜੋਸ਼ ਨਹੀਂ ਆਇਆ ਬੱਕਰੀਆਂ ਸੁੱਤੀਆਂ ਪਈਆਂ ਮੇਰੀ ਬਾਹ ਪੁੱਟਣਾ ਭਾਈ ਤੋੜਤੀ ਵਾਕੇ ਸ਼ੇਰ ਆ ਲੋ ਦੋਸਤੋ ਟਾਈਮ ਹੋ ਰਿਹਾ 5:30 ਦਾ ਤੇ ਹੁਣ ਅਸੀਂ ਜਾ ਰਹੇ ਹਾਂ ਮੁੰਜੀ ਲਾਣ ਭਈਆ ਸਿਰ ਦੇ ਤੇ ਚੱਲਦੇ ਹਾਂ ਜਾ ਕੇ ਮੁੰਜੀ ਲਾਣੇ ਦਾਣ ਫਿਰ ਥੱਲੋ ਥੱਲੋ ਦਾਣ ਮੈਂ ਆਣ ਕੇ ਦੱਸਦਾ ਬਲਾਲ ਲਵਾਂ ਲਿਆਣਾ ਉਹ ਤੂੰ ਕਹਿਰ ਪਿੱਛੇ ਨਹੀਂ ਵਾ ਲੋ ਯਾਰ ਰਾਤੀ ਡਿੱਗਿਆ ਵਾ ਹਨੇਰੀ ਦੇ ਨਾਲ ਹੁਣ ਡਿੱਗਿਆ ਤੇ ਹੋਰ ਵਾ ਕਲੋਤਾ ਕਲੋਤਾ ਹੀ ਰਾਤੀ ਹਵਾ ਇੰਨੀ ਆਈ ਗਈ ਉਦੋਂ ਡਿੱਗਿਆ ਨੇ ਤਾਂ ਹੁਣ ਡਿੱਗ ਪਿਆ ਜੀ ਹੁਣ ਅਸੀਂ ਰਕਸ਼ਾ ਲੈ ਕੇ ਆਣਾ ਥੱਲੋਂ ਦੀ ਸਿਰ ਲੱਗਿਆ ਉਹਨੂੰ ਦੇ ਭਾਈ ਅਸਰ ਨੇ ਅਸੀਂ ਕਿਹਾ ਡਿੱਗ ਪੈਣਾ ਆਇਆ ਤਾਂ ਡਿੱਗ ਗਿਆ ਪਿਆ ਲਾ ਡੁੱਬ ਕੇ ਮਰ ਘੋੜੀ ਖਲੋਤੀ ਓ ਲਾ ਯਾਰ ਹੁਣ ਨਵਾਂ ਸੂਟ ਹੋਏ 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 ਨਵਾਂ ਸੂਟ ਪਾੜ ਗਿਆ ਜੀ ਦੱਸ ਹੁਣ ਪਹੁੰਚਿਆ ਆ ਜਾ ਕੇ ਲਾਉਂਦੇ ਮੁੰਜੀ ਦੋ ਕਨਾਲਾਂ ਸਿਰਫ ਦੋ ਕਨਾਲਾਂ ਕਿੰਨੇ ਜਣੇ ਆ ਆਪਾਂ ਪੰਜ ਛੇ
6 7 ਜਣੇ ਆ ਮੁੰਜੀ ਲਾਣ ਵਾਲੇ ਓਏ ਇੱਧਰ ਭਾਈ ਕਿੰਨੇ ਘੋੜੇ ਖਲੋਤੀ ਨਾ ਯਾਰ ਘੋੜੀ ਆ ਖਰੀਦਣੀ ਓ ਕਦੇ ਪਾ ਮੈਂ ਸੁਣਿਆ ਪਾਣੀ ਤਰ ਜਾਂਦੀ ਹੈ ਇਹ ਆ ਪਾਣੀ ਚ ਤਰ ਜੂਗੀ ਉਹ ਨੂੰ ਭਾਈ ਨੇ ਆ ਜਿਹੜੀ ਜਗ੍ਹਾ ਜਿੱਥੇ ਮੁੰਜੀ ਲਾਣੀ ਆਈ ਵੀ ਪਈ ਆਹ ਖੱਤਾ ਜਿਹੜੀਆਂ ਦੋ ਤਿੰਨ ਖਨਾਲਾਂ ਜਿੱਥੇ ਮੁੰਜੀ ਲਾਣੀ ਲਾਉਣਾ ਸ਼ੁਰੂ ਕਰਤਾ ਹੁਣ ਮੈਂ ਵੀ ਆਪਾਂ ਵੀ ਸ਼ੁਰੂ ਕਰ ਮਾਸ਼ਾਅੱਲਾ ਕਿੱਥੋਂ ਲੈ ਗਏ ਨੰਬਰਦਾਰਾਂ ਦੇ ਮੇਰੀ ਲੱਗੀ ਹੋਈ ਲਾਈ ਜਾਂਦਾ ਜੇ ਆਵੇ ਇਹ ਆਪਦੇ ਨੰਬਰ ਬਣਾ ਲਈ ਇਹ ਮੇਰੀ ਸਾਈਡ ਤੋਂ ਤੇ ਆਪਦੇ ਆਪਦੀ ਕੀਤੀ ਆਂਦਾ ਜੀ ਵੇਖ ਲਾ ਤੇਰੀ ਸਾਈਡ ਬੰਨੇ ਆ ਤੂੰ ਆਪਦੀ ਜਾ ਕੇ ਪਰਾਂ ਸਾਈਡ ਤੇ ਲਾ ਨਾ ਪਤਾ ਲੱਗੇਗਾ ਕਿਹੜਾ ਜ਼ਿਆਦਾ ਲਾਉਂਦਾ ਏ ਹੁਣ ਆਪਾਂ ਦੋਵੇਂ ਮਿਲੀ ਨਾ 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 ਬਾਅਦ ਚ ਕਹੇਗਾ ਮੈਂ ਇਹਦੇ ਨਾਲ ਹੀ ਲੱਗਿਆ ਸੀ ਮੈਂ ਹੁਣ ਪੂਰੀ 2 ਫੁੱਟ 2.5 3 ਫੁੱਟ ਲਾਤੀ ਪਾਣੀ ਪਈ ਜਾਂਦਾ ਬਾਹਾਂ ਖਰਾਬ ਹੋ ਜਾਵੇ ਗੁੱਟੀ ਲਿਆ ਕੇ ਦਈ ਕਿੰਨਾ ਦੜਾ ਚੜਿਆ ਆ ਦੇਖੀ ਮੈਂ ਤੈਨੂੰ ਲਾ ਕੇ ਦੇਣਾ ਮੈਨੂੰ ਲਿਆ ਕੇ ਦੇਣ ਦੇ ਮੈਂ ਕਿਹੜਾ ਕਦੇ ਲਾਇਆ ਖਾਣ ਮੁਗਰ ਬਸ ਫੜੀ ਆ ਤੇ ਫੱਟੀ ਆ ਵਿੱਚ ਉਹ ਵੀ ਲਪੇੜੇ ਹੋਏ ਆ ਇੱਧਰ ਵੇਖ ਲਓ ਕੀ ਬਣਾ ਕੇ ਲੈ ਕੇ ਆ ਰਿਹਾ ਹੋਰ ਆ ਗਏ ਵਾ ਸਮਰ ਭਾਈ ਆ ਤੇ ਭਈਆ ਸਰ ਨਾਲ ਇਹ ਸਮਾਨ ਭਾਈ ਵੀ ਲਗਾ ਰਿਹਾ ਧੜਾ ਧੜ ਝੋਨਾ ਪਹਿਲੀ ਵਾਰੀ ਬਾਕੀ ਲਾਉਂਦੇ ਰਹਿੰਦੇ ਨੇ ਬਣਾਦੇ ਮਾਮਿਆਂ ਦੇ ਵੀ ਲਾ ਕੇ ਲਓ ਦੋਸਤੋ ਵੇਖ ਦੇਖੋ ਕਿੰਨੇ ਜਣੇ ਤੇ ਸ਼ਾਮ ਦਾ ਟਾਈਮ ਹੋ ਰਿਹਾ ਫਿਲਹਾਲ ਸੂਰਜ ਗਰੂਪ ਹੋ ਰਿਹਾ ਅਤੇ ਟਾਈਮ ਫਿਲਹਾਲ ਹੋ ਰਿਹਾ 6:30 ਵਜੇ ਦਾ ਅਤੇ ਹੁਣ ਆ ਦੇਖੋ ਕਿੰਨਾ ਬੜਾ ਲਾ ਲਿਆ ਅਸੀਂ ਕਿੰਨੇ ਜਣੇ 1 2 3 4 5 6 7 8 9 ਫਿਲਹਾਲ ਮੈਂ 9 ਬੰਦੇ ਲੱਗੇ ਹੋਏ ਆ ਸਿਰਫ 2 ਕਨਾਲਾਂ ਜਗ੍ਹਾ ਦੇ ਹੈਂ ਨਾਲੇ ਹਰਿਆ ਹਰਾ ਲੱਗਣ ਲੱਗ ਪਿਆ ਕਿ ਨਹੀਂ ਇੱਥੋਂ ਜੇ ਇੰਨਾ ਕੰਮ ਨੀ ਕੀਤਾ ਜਿੰਨਾ ਲਿਬੜਿਆ ਵੀ ਕਰਾਤਾ ਜੀ ਖਬੋ ਕੇ ਲਾ ਉਹ ਵਿਰਲਾ ਉਹ ਕਿੰਨਾ ਵਿਰਲਾ ਲਾਈ ਜਿੰਨਾ ਮਾਫੀਆ ਆ ਇੱਥੇ ਮੈਂ ਇੱਥੇ ਸ਼ੁਰੂ ਹੁੰਦਾ ਓਏ ਮੈਂ ਗੁੱਟੀਆਂ ਸਿੱਟਣ ਵਾਲਾ ਬਣ ਗਿਆ ਕਿਹੜਾ ਕੌਣ ਆਹ ਨਹੀਂ ਕੱਢਣਾ ਮਾਸ਼ਾਅੱਲਾ ਵੇਖੋ ਕਹਿੰਦਾ ਜਿੱਥੋਂ ਦਿਲ ਕੀਤਾ ਉੱਥੇ ਲੱਗ ਗਿਆ ਕਹਿੰਦਾ ਉਹ ਵੇ ਇੱਕ ਜਣਾ ਉੱਥੇ ਜਾ ਲੱਗ ਗਿਆ ਇੱਕ ਜਣਾ ਉਹ ਲੱਗ ਗਿਆ ਕੋਈ ਇੱਥੇ ਲੱਗਿਆ ਹੈ ਅਤੇ ਕੋਹ ਨੁੱਕਰ ਲੱਗਿਆ ਆ ਇੱਕ ਇੱਧਰ ਲੱਗਿਆ ਹੈ ਕਹਿੰਦਾ ਕਿੱਥੇ ਦਿਲ ਕਰਦਾ ਉੱਥੇ ਜੁੜ ਪਿਆ ਮਾਸ਼ਾਅੱਲਾ ਮਾਸ਼ਾਅੱਲਾ ਲੱਗੇ ਰਹੋ ਸੁਰੇ ਗਰੂਪ ਹੋ ਰਿਹਾ ਫਿਲਹਾਲ ਤੇ ਅੱਧਾ ਲੱਗਿਆ ਜੇ ਸਮਝ ਲਓ ਹੁਣ ਪਾਣੀ ਪੂਣੀ ਲਿਆਂਦਾ ਸੀ ਉਹ ਪੀਣ ਲੱਗੇ ਆ ਚਿੱਟੇ ਮਾਣੇ ਨਾ ਸਿਰ ਦੇ ਵਿੱਚ ਥੱਪਦੀ ਫੇਰ ਕਹਿੰਦਾ
ਆ ਵੇਖ ਲਾ ਕਿੰਨਾ ਕੰਮ ਗਿਆ ਓਏ ਉਮਰ ਬਦਲ ਲਿਆ ਤੇਰਾ ਦਾਦਾ ਉਮਰ ਵੇਖ ਇੱਧਰ ਕੋਈ ਗੱਲ ਨਹੀਂ ਬੱਚੇ ਦੇ ਇਹੀ ਹਾਲ ਹੁੰਦੇ ਨੇ ਬਚ ਗਿਆ ਆ ਵੇਖ ਲੋ ਇਹਦੇ ਕੰਮ ਪੀਂਦਾ ਨੀ ਨਹਿਰ ਦਾ ਪਾਣੀ ਮਾਏ ਜਾ ਕੇ ਗਮ ਗੂਹਾਂ ਚੋਣੀਆਂ ਤੇ ਚੱਲਦਾ ਹੁਣ ਮੈਂ ਤੇ ਹਿਲਾਰਿਆਂ ਨਾਲ ਤੇ ਹੁਣ ਚੱਲਦੇ ਹਾਂ ਉਹ ਥੋੜ੍ਹਾ ਜਿਹਾ ਰਹਿ ਗਿਆ ਬਾਕੀ ਸਾਰਾ ਲਾ ਲੂ ਲਿਆਏ ਤੇ ਟਾਈਮ 7:15 ਮਿੰਟ ਦਾ ਹੋ ਗਿਆ ਚੱਲਦੇ ਹਾਂ ਆਟਰ ਪੈਂਚ ਲਾਈ ਸੀ ਨੀ ਉਹ ਲਾਉਂਦੇ ਪਈ ਚੱਲ ਇੱਥੇ ਬਹਿਣਾਂਗੇ ਬਾਹਰ ਚੱਲ